ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਨੋਟੀਫਿਕੇਸ਼ਨ ਬਾਰੇ ਪੂਰੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਪੰਜਾਬ ਜੋਬਸ ਰਿਗਾਰਡਿੰਗ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਆਪਣੇ ਮੋਬਾਈਲ ਤੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਸਾਡੇ ਚੈਨਲ ਤੇ ਰੈਗੂਲਰਲੀ ਹੀ ਜਿਹੜੀ ਵੀ ਨਵੀਂ ਭਰਤੀਆਂ ਆਉਂਦੀਆਂ ਨੇ ਪੰਜਾਬ ਵਿੱਚ 24 ਜੋਬ ਨੋਟੀਫਿਕੇਸ਼ਨ ਰਿਲੀਜ਼ ਹੁੰਦੀਆਂ ਨੇ ਉਸ ਬਾਰੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਮਿਲ ਜਾਵੇਗੀ ਤੇ ਹੁਣ ਆਪਾਂ ਗੱਲ ਕਰੀਏ ਨੋਟਿਸ ਦੀ ਇਸ ਨੋਟਿਸ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਹੈ ਕਿ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਚੇਰੀ ਸਿੱਖਿਆ ਤੇ ਪਾਸਾਰਾ ਵਿਭਾਗ ਪੰਜਾਬ ਸਰਕਾਰ ਨੇ ਮੈਮੋ 29 ਮਿਤੀ 6 1 2022 ਦੇ ਅਨੁਸਾਰ ਕਾਲਜ ਵਿੱਚ ਪੜ੍ਹਦੇ ਪੰਜਾਬ ਰਾਜ ਦੇ ਸਾਰੇ ਬਸਨੀਕ ਕਾਲਜ ਦੇ ਰੈਗੂਲਰ ਵਿਦਿਆਰਥੀਆਂ ਨੂੰ 2000 ਰੁਪਏ ਇੰਟਰਨੈਟ ਆਨਲਾਈਨ ਪੱਤਾ ਦੇਣ ਦਾ ਐਲਾਨ ਕੀਤਾ ਗਿਆ ਹੈ ਵਿਦਿਆਰਥੀਆਂ ਨੂੰ ਹਦਾਇਤ ਹੈ ਕਿ ਉਹ ਇੰਟਰਨੈਟ ਆਨਲਾਈਨ ਪਤਾ ਫਾਰਮ ਭਰ ਕੇ ਕਾਲਜ ਦੇ ਗੇਟ ਤੇ ਮਿਤੀ 14/1/2022 ਤੱਕ ਜਮ੍ਹਾਂ ਕਰਾ ਦੇਣ ਇਸ ਫਾਰਮ ਨਾਲ ਸਾਰੇ ਵਿਦਿਆਰਥੀ ਆਪਣਾ ਪੰਜਾਬ ਰਾਜ ਦਾ ਰੈਜ਼ੀਡੈਂਸ ਸਰਟੀਫਿਕੇਟ ਆਧਾਰ ਕਾਰਡ ਤੇ ਬੈਂਕ ਖਾਤੇ ਦੀ ਕਾਪੀ ਜ਼ਰੂਰ ਲਗਾਉਣ ਉਨ ਮੈਂ ਤੁਹਾਨੂੰ ਫਾਰਮ ਦਿਖਾ ਦਿੰਨਾ ਕਿਸ ਤਰ੍ਹਾਂ ਦਾ ਫਾਰਮ ਹੈ ਤੇ ਕਿਵੇਂ ਫਿਲ ਕਰਨਾ ਹੈ ਤੁਸੀਂ ਦੋਸਤੋ ਇਸ ਤਰ੍ਹਾਂ ਦਾ ਫਾਰਮ ਤੁਸੀਂ ਲੈਣਾ ਐਪਲੀਕੇਸ਼ਨ ਫਾਰਮ ਫੋਰ ਇੰਟਰਨੈਟ ਅਲੌਨਸ ਇਹ ਫਾਰਮ ਤੁਹਾਨੂੰ ਕਿੱਥੋਂ ਮਿਲੇਗਾ ਇਹ ਕਿਸੇ ਵੀ ਤੁਸੀਂ ਬੁੱਕ ਡਿਪੋ ਤੋਂ ਜਾਵੋਗੇ ਉੱਥੋਂ ਤੁਹਾਨੂੰ इजीली 10 ਰੁਪਏ ਦਾ ਇਹ ਜਿਹੜਾ ਫਾਰਮ ਹੈ ਮਿਲ ਜਾਵੇਗਾ ਨੋਰਮਲੀ ਡਿਟੇਲ ਭਰਨੀ ਹੈ ਇੱਥੇ ਆਪਣਾ ਨੇਮ ਫਾਦਰ ਨੇਮ ਮਦਰ ਨੇਮ ਕਲਾਸ ਕੋਰਸ ਜਿਹੜੇ ਵੀ ਕਾਲਜ ਵਿੱਚ ਪੜ੍ਹਦੇ ਹੋ ਹੈ ਨਾ ਸਾਰਾ ਬਾਇਓ ਡਾਟਾ ਤੁਹਾਨੂੰ इजीली ਤੁਸੀਂ ਇਸ ਨੂੰ ਭਰ ਲਓਗੇ ਐਂਡ ਜੇ ਫਿਰ ਵੀ ਕੋਈ ਡਾਊਟ ਹੈ ਜਾਂ ਕੋਈ ਸਵਾਲ ਹੈ ਇਸ ਦੇ ਰਿਗਾਰਡਿੰਗ ਤਾਂ ਤੁਸੀਂ ਵੀਡੀਓ ਵਿੱਚ ਕਮੈਂਟ ਕਰਕੇ ਮੈਥੋਂ ਪੁੱਛ ਸਕਦੇ ਹੋ ਹੁਣ ਇਹ ਫਾਰਮ ਫਿਲ ਕਰਕੇ ਤੁਸੀਂ ਆਪਣੇ ਡਾਕੂਮੈਂਟ ਦੀ ਫੋਟੋ ਕਾਪੀਜ਼ ਦੇ ਨਾਲ ਅਟੈਚ ਕਰਕੇ ਫਿਰ ਕੀ ਕਰਨਾ ਆਪਣੇ ਕਾਲਜ ਵਿੱਚ ਜਮ੍ਹਾਂ ਕਰਵਾ ਦੇਣਾ ਵਿਥਿਨ 4-5 ਦਿਨਾਂ ਅੰਦਰ ਅੰਦਰ ਤੁਹਾਡਾ ਫਾਰਮ ਐਕਸੈਪਟ ਹੋ ਗਿਆ ਜਦੋਂ ਉਸ ਤੋਂ ਬਾਅਦ ਤੁਹਾਡੀ ਪੇਮੈਂਟ ਜਿਹੜੀ 2000 ਰੁਪਏ ਦੀ ਤੁਹਾਡੇ ਅਕਾਊਂਟ ਵਿੱਚ ਡਾਇਰੈਕਟਲੀ ਆ ਜਾਵੇਗੀ ਉਕੇ ਦੋਸਤੋ ਜੇ ਵੀਡੀਓ ਹੈ ਤੁਹਾਨੂੰ ਬੈਨੀਫੀਟ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਲਓ